ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਉਚਾਰੇ ਹੋਏ ਇਹ ਪਾਵਨ ਪਵਿੱਤਰ ਬਚਨ ਹਨ। ਤੇ ਰਾਗ ਹੈ ਮਲਹਾਰ, ਮਲਹਾਰ ਮਹਿਲਾ ਚੌਥਾ। ਮੈਂ ਪਿੱਛੇ ਜੇ ਵੀ ਬੇਨਤੀ ਕੀਤੀ ਸੀ ਕਿ ਕੁਛ ਬੰਦਿਸ਼ਾਂ, ਕੁਛ ਐਸੀਆਂ ਕੰਪੋਜੀਸ਼ਨਾਂ ਜਿਹੜੀਆਂ ਬਹੁਤ ਪੁਰਾਤਨ ਚੱਲਦੀਆਂ ਆ ਰਹੀਆਂ ਨੇ, ਜਿਹਨੂੰ ਆਪਾਂ ਸੀਨਾ ਪਸੀਨਾ ਕਹਿੰਦੇ, ਗੁਰੂ ਸਾਹਿਬ ਤੋਂ ਚੱਲੀਆਂ ਹੋਈਆਂ ਕੁਝ ਰੀਤਾਂ ਐਸੀਆਂ ਹਨ। ਕਿਉਂਕਿ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਤੱਕ ਅਤੇ ਉਸ ਤੋਂ ਬਾਅਦ ਕੁਝ ਸਮਾਂ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਭਾਈ ਮਰਦਾਨਾ ਦੀ ਅੰਸ਼ ਹੀ ਕੀਰਤਨ ਕਰਦੀ ਰਹੀ। ਇਤਿਹਾਸ ਵਿੱਚ ਉਹਨਾਂ ਨੂੰ ਮਰਾਸੀ ਡੂਮ ਕਰਕੇ ਵੀ ਆਖਿਆ ਗਿਆ। ਪਰ ਜਿਹੜੀਆਂ ਬਖਸ਼ਾਂ, ਜਿਹੜੀਆਂ ਵਡਿਆਈਆਂ, ਜਿਹੜੀ ਕਿਰਪਾ ਮਰਦਾਨੇ ਨੇ ਭਾਈ ਬਣ ਕੇ ਲਈ, ਕਿਉਂਕਿ ਗੁਰੂ ਨਾਨਕ ਨੇ ਉਹਨਾਂ ਨੂੰ ਭਾਈ ਬਣਾਇਆ, ਆਪਣਾ ਭਾਈ, ਤੇ ਬੜਾ ਵੱਡਾ ਮਾਣ ਹੈ, ਬੜੀ ਵੱਡੀ ਵਡਿਆਈ ਹੈ। ਉਹ ਵੀ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਵੱਲੋਂ ਇਹ ਵਡਿਆਈ ਦਿੱਤੀ ਭਾਈ ਮਰਦਾਨਾ ਨੇ ਕਿ ਤੂੰ ਅੱਜ ਤੋਂ ਮੇਰਾ ਭਾਈ ਹੈ। ਇਹ ਨਹੀਂ ਵੇਖਿਆ ਛੋਟੀ ਕੁਲ ਦਾ, ਛੋਟੀ ਕੁਲ ਨੂੰ ਮਾਣ ਦੇਣਾ ਸੀ, ਮਾਣ ਵਧਾਇਆ, ਵਡਿਆਈ ਦਿੱਤੀ, ਕਿੱਡੀ ਵੱਡੀ ਬਖਸ਼। ਕਿਉਂਕਿ ਸਤਿਗੁਰ ਦਾ ਵਚਨ ਵੀ ਹੈ, ਨੀਚ ਜਾਤ ਹਰ ਜਪਦੇ ਹਾਂ ਉੱਤਮ ਪਦਵੀ ਪਾ। ਇਹ ਉੱਤਮ ਪਦਵੀ ਸੀ, ਜਿਹੜਾ ਬਹੁਤ ਵੱਡਾ ਮਾਣ ਗੁਰੂ ਨਾਨਕ ਨੇ ਮਰਦਾਨੇ ਨੂੰ ਭਾਈ ਬਣਾ ਕੇ, ਆਪਣਾ ਬਣਾ ਕੇ ਗੱਲ ਦੇ ਨਾਲ ਲਾਇਆ ਤੇ ਆਖਿਆ ਤੂੰ ਅੱਜ ਤੋਂ ਮੇਰਾ ਭਾਈ ਹੈ, ਭਾਈ ਮਰਦਾਨਾ। ਇਹੋ ਹੀ ਮਰਦਾਨਾ ਸੀ ਜਿਹੜਾ ਮਰ ਜਾਂਦਾ ਸੀ। ਛੇ ਕਿ ਸੱਤ ਭਰਾ ਮਰੇ, ਪਰ ਜਦੋਂ ਗੁਰੂ ਨਾਨਕ ਦੀ ਸ਼ਰਨ ਵਿੱਚ ਆਏ ਤੇ ਸਤਿਗੁਰ ਕਹਿਣ ਲੱਗੇ ਹੁਣ ਇਹ ਮਰਦਾ ਨਾ। ਸਤਿਗੁਰ ਨੇ ਜੀਵਨ ਦਾਨ ਦੇ ਕੇ ਆਪਣਾ ਭਾਈ ਬਣਾ ਲਿਆ, ਏਡੀ ਵੱਡੀ ਵਡਿਆਈ ਦੇ। ਇਹ ਸੰਪਰਦਾ, ਇਹ ਅੰਸ਼ ਗੁਰੂ ਅਰਜਨ ਸਾਹਿਬ ਤੱਕ ਕੀਰਤਨ ਕਰਦੇ ਰਹੇ। ਸੱਤਾ ਬਲਵੰਡੇ ਨੇ ਮਾਣ ਕਰ ਲੈਣਾ, ਹੰਕਾਰ ਕਰ ਲੈਣਾ, ਉਹੀ ਅੰਸ਼ ਸੀ। ਪਰ ਵੇਖੋ ਗੁਰੂ ਘਰ ਦੇ ਕਿੰਨੀਆਂ ਵਡਿਆਈਆਂ ਨੇ, ਸਾਧ ਸੰਗਤ ਬੜੀਆਂ ਵਡਿਆਈਆਂ ਨੇ ਸ੍ਰੀ ਗੁਰੂ ਨਾਨਕ ਦੇ ਘਰ ਦੀਆਂ। ਸਤਿਗੁਰ ਨੇ ਫਿਰ ਵੀ ਬਖਸ਼ ਲਿਆ, ਫਿਰ ਵੀ ਮਾਣ ਦਿੱਤਾ, ਤੇ ਉਹਦੇ ਵਿੱਚ ਵਿਚੋਲਾ ਕੌਣ ਬਣਿਆ, ਉਪਰਾਲਾ ਕੌਣ ਹੋਇਆ? ਉਹ ਭਾਈ ਲੱਦਾ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਹੀ ਆਪ ਹੀ ਕੀਤੀ। ਭਾਈ ਲੱਦਾ ਆਪਣਾ ਮੂੰਹ ਕਾਲਾ ਕਰਕੇ ਤੇ ਗੋਤੇ ਤੇ ਚੜ੍ਹ ਕੇ ਤੇ ਸੱਤੇ ਤੇ ਬਲਵੰਡੇ ਨੂੰ ਨਾਲ ਲਿਆ ਕੇ ਤੇ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਦੇ ਲਿਆ ਅੱਗੇ ਬਿਠਾਇਆ ਤੇ ਨਮਸਕਾਰ ਕੀਤੀ। ਪਾਤਸ਼ਾਹ ਇਹ ਭੁੱਲੇ ਹੋਏ ਸਨ, ਬਖਸ਼ ਲਓ। ਬੋਲੋ ਸ੍ਰੀ, ਇਹਨਾਂ ਨੂੰ ਗੱਲ ਦੇ ਨਾਲ ਲਾ ਲਓ। ਇਹ ਬੜਾ ਵੱਡਾ ਪਰਉਪਕਾਰ ਹੈ। ਉਸ ਤੋਂ ਬਾਅਦ ਉਹਦਾ ਨਾਂ ਹੀ ਪੈ ਗਿਆ ਸੀ ਭਾਈ ਲੱਦਾ ਪਰਉਪਕਾਰੀ। ਦੇਖੋ ਕਿੱਡੀ ਵਡਿਆਈ ਹੈ ਇਸ, ਜੋ ਸ਼ਰਨ ਆਵੈ ਤੇ ਸਿਕੰਠ ਲਾਵੈ। ਇਹ ਉਹ ਘਰ ਹੈ ਜਿੱਥੇ ਭੁੱਲੇ ਹੋਏ ਭਟਕਿਆਂ ਨੂੰ ਮੇਰਾ ਸਤਿਗੁਰੂ ਆਪਣੇ ਗੱਲ ਦੇ ਨਾਲ ਲਾਉਂਦਾ ਤੇ ਭੁੱਲਾਂ ਬਖਸ਼ਦਾ। ਔਗੁਣ ਕਹੋ ਨਾ ਚਿਤਾਰਦਾ, ਗੱਲ ਸੇਤੀ ਲਾਏਗਾ। ਆਓ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਬਚਨ ਸੁਣੀਏ। ਰਾਗ ਹੈ ਮਲਹਾਰ, ਮਲਹਾਰ ਮਹਿਲਾ ਚੌਥਾ। ਬਹੁਤ ਪੁਰਾਤਨ ਸੀਨਾ ਪਸੀਨਾ ਚੱਲੀ ਆ ਰਹੀ ਇਹ ਬੰਦਿਸ਼ ਹੈ। ਤਾਲ ਹੈ ਝਪ ਤਾਲ,
ਤੇ ਇਹਦੇ ਵਿੱਚ ਪੁਰਾਣੇ ਸਮੇਂ ਵਿੱਚ ਧਰੁਪਦ ਗਾਇਆ ਜਾਂਦਾ ਸੀ। ਧਰੁਪਦ ਧਮਾਰ, ਧਮਾਰ ਵੱਖਰਾ ਹੈ, ਜੇ ਧਮਾਰ ਨੂੰ ਇਕੱਠਾ ਕਰਦੀ ਜਾਈਏ ਤੇ ਉਹਦੇ ਵਿੱਚ ਬੜਾ ਸਮਾਂ ਲੱਗਦਾ ਹੈ, ਉਹ ਬਹੁਤ ਸਲੋ ਚੱਲਦਾ। ਇਹ ਸੰਗੀਤ ਦੇ ਕੁਝ ਨੁਕਤੇ ਹਨ ਜਿਹੜੇ ਮੈਂ ਆਪ ਜੀ ਦੇ ਸੇਵਾ ਵਿੱਚ ਰੱਖ ਰਿਹਾ। ਆਓ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਬਖਸ਼ਿਸ਼ ਲਈਏ। ਹਰ ਜਨ ਬੋਲਤ ਸ੍ਰੀ ਰਾਮ ਨਾਮਾ ਰਾਗ ਮਲਹਾਰ, ਕਿਉਂਕਿ ਇਹ ਦਿਨ ਵੀ ਸਾਵਣ ਦੇ ਹਨ। ਸਾਵਣ ਸਰਸ ਮਨਾ ਘਣ ਵਰਸੈ ਰੁੱਤ ਆਏ, ਸਾਰੇ ਪਿਆਰ ਨਾਲ ਜਪਿਆ ਜੇ। ਇਹ ਬੜਾ ਸਹਿਜ ਵਾਲਾ ਤਾਲ ਹੈ, ਬੜਾ ਈਜ਼ੀ ਸਮਝ ਵੀ ਆ ਜਾਂਦਾ ਹੈ। ਸਾਰੇ ਕਿਰਪਾ ਕਰੋ
राम सीना बसीना चली आ रही है। तलवार आप जी ने